ਸੰਗ ਨਾਲ ਟੁੱਟੇ ਜੇ ਸਾਧੂ ਦਾ ਸੰਗ ਨਹੀਂ ਤਾਂ ਨਾਮ ਦਾ ਰੰਗ ਨਹੀਂ ਜੇ ਨਾਮ ਦਾ ਰੰਗ ਨਹੀਂ ਚੜਿਆ ਤਾਂ ਫਿਰ ਬੰਧਨ ਟੁੱਟੇ ਨਹੀਂ ਇਸ ਵਾਸਤੇ ਸਾਹਿਬ ਅੱਖਰ ਅੱਖਰ ਵਿੱਚ ਸਾਧੂ ਦੀ ਮਹਿਮਾ ਕੀਤੀ ਮਹਾਂਪੁਰਖ ਦੀ ਵਡਿਆਈ ਦੱਸੀ ਹੈ ਆ ਜੋ ਰੋਜ਼ ਬਹਿ ਕੇ ਆਨੰਦ ਮਾਣਦੇ ਹੋ ਸੁੱਖ ਲੈਂਦੇ ਹੋ ਨਿਤਨੇਮ ਕਰਦੇ ਹੋ ਜਪਦੇ ਹੋ ਮਾਲਾ ਫੇਰਦੇ ਹੋ ਇਹ ਉਸ ਮਹਾਨ ਸਾਧੂ ਦੀ ਕਿਰਪਾ ਬਾਬਾ ਜੀ ਦੀ ਬਰਕਤ ਹੈ ਪ੍ਰਣਵਤ ਨਾਨਕ ਤਿਨਕੀ ਸਰਣਾ ਕੇ ਜਿਨ ਤੂੰ ਨਹੀਂ ਵਿਸਰਿਆ ਮੈਂ ਉਹਨਾਂ ਦੀ ਸ਼ਰਨ ਪਿਆ ਜੀ ਜਿਨ੍ਹਾਂ ਨੂੰ ਤੂੰ ਵਿਸਰਦਾ ਨਹੀਂ ਜਿਨ੍ਹਾਂ ਨੂੰ ਤੂੰ ਚੇਤੇ ਹੈ ਮੈਂ ਉਹਨਾਂ ਦੇ ਪੈਰ ਪਕੜੇ ਹਨ ਮੈਨੂੰ ਉਹਨਾਂ ਦੇ ਸਦਕੇ ਬਖਸ਼ ਲੈ ਵਾਕਿਨ ਮੈਂ ਤਾਂ ਬਖਸ਼ਿਸ਼ਾਂ ਦੇ ਹੀ ਚੁੱਕਾ ਟੂਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ ਪਰ ਕਿਹੜਾ ਸਾਧੂ ਉਹ ਸਾਧੂ ਕੀ ਹੋਜੈ ਅਖੇ ਜੋ ਰਤੇ ਰੰਗ ਇੱਕ ਕੇ ਸਾਧੂ ਉਹ ਹੈ ਜੋ ਇੱਕ ਦੇ ਰੰਗ ਵਿੱਚ ਰੰਗਿਆ ਗਿਆ ਕਿਉਂਕਿ ਇੱਕ ਦਾ ਰੰਗ ਬੜਾ ਗੂੜ ਹੈ ਬਾਕੀ ਰੰਗ ਸਭ ਫਿੱਕੇ ਹਨ ਛੇਤੀ ਲੈ ਜਾਣ ਵਾਲੇ ਹਨ ਧੁੱਪੇ ਉੱਡ ਜਾਣ ਵਾਲੇ ਹਨ ਪਾਣੀ ਵਿੱਚ ਪਿਆ ਕੱਚੇ ਰੰਗ ਹਨ ਪੱਕੇ ਨਹੀਂ ਇਹ ਗੂੜੇ ਰੰਗ ਨਹੀਂ ਬੜੇ ਹਲਕੇ ਹਨ ਹਲਕੇ ਰੰਗ ਧੁੱਪ ਵਿੱਚ ਰੱਖਿਆ ਉੱਡ ਜਾਂਦੇ ਗੂੜਾ ਰੰਗ ਹੈ ਇੱਕ ਦਾ ਜਿਹਨੇ ਜਪਿਆ ਸ੍ਰੀ ਵਾਹਿਗੁਰੂ ਜਿਸ ਤੇ ਚੜਿਆ ਜਪਣ ਦਾ ਗੂੜਾ ਰੰਗ ਉਹ ਸਾਧੂ ਜੇ ਉਹਦੀ ਸੰਗਤ ਮਿਲ ਗਈ ਹੈ ਤਾਂ ਬੰਧਨ ਕੱਟੇ ਜਾਣ ਸਾਧੂ ਸੰਗ